अस्सलाम वालेकुम नाज़रीन, टी टाइम में खुश आमदीद। आज हम बात करेंगे कि मैं इन दोनों को दुबई लेके गया। पिछले पौने घंटे से एक बहस चल रही थी हमारी। असल में पता की करते हैं हम, जिस तरह तुम देखिए ना पहले साप वाला शो, एक के साप आया तो असी उस तो बाद शो किया तो असी साप में वाड़ लिया शो दे। हूँ पौना घंटा हो गया है, दोवें मेरी एक गल तो जान खा रहे हैं। तुसी कमेंट्स थले दसना भी मैं सही हाँ कि ये तो आई गलत नहीं। तुसी ये दसना कि इन्हों मैं दुबई लै गया दोवां नूं, ते इक्को ही रट लाई आ भी वह नहीं सही, उत्थे दा कानून, उत्थे दी जिहड़ी चैक एंड बैलेंस, हर चीज़ का मकसद है भी कुछ उहदे च छूट होनी चाहीदी है। सही कह रहे हैं, कुछ उहदे च थोड़ी नरमी होनी चाहीदी आ। इन्हां दा कहना है भी चलो किस टाइम को पुलिस वाला अगर रोक लेंदा ओवर स्पीड या दुराने ड्राइविंग अपना मोबाइल या यूजिंग या इस तरह कुछ, तो जी वो जी सीट बैल्ट, तो किस टाइम बंदा नहीं पता लगता या बंदा भुल जाता, तो वो एक बार वार्निंग होनी चाहिए, माफ़ी होनी चाहिए। मैं अगो कह रहा कि पैन नहीं होनी चाहिए। क्यों नहीं होनी चाहिए, क्यों नहीं होनी चाहिए? ਤੁਹਾਡਾ ਭਾਅ ਜੀ ਉੱਥੇ ਬਣਿਆ ਵਾ ਹਿਸਾਬ ਕਿਤਾਬ, ਤੁਹਾਨੂੰ ਪਤਾ ਹੀ ਨਹੀਂ ਹੈਗਾ ਵੀ ਐਡੇ ਸਖਤ ਕਾਨੂੰਨ ਯਾਰ। ਉਸਤਾਦ ਜੀ ਇੱਥੇ ਜਿਹੜਾ ਬੰਦਾ ਵੀ ਇਹਨੇ ਹੋ ਜਾਵੇ ਤੁਹਾਡਾ ਫੋਨ ਕਰਾ ਜੀ ਤਾਂ ਕਿਸੇ ਹੋਰ ਦਾ ਅਗਲੇ ਹਜ਼ਾਰ ਕਰਦੇ ਹੈਗੇ ਨੇ ਉਸਤਾਦ ਜੀ, ਮੁਹੱਬਤ ਕਰਦੇ ਨੇ, ਉੱਥੇ ਕਰਦੇ ਹੀ ਨਹੀਂ, ਡਬਲ ਕਰ ਦਿੰਦੇ ਨੇ ਜੇ ਉਹ ਗੱਲ ਗੁਲ ਕਰੋ। ਇਹ ਕਿਹੜੀ ਇਨਸਾਨੀਅਤ ਜੀ, ਜ਼ੈਬਰਾ ਕ੍ਰੋਸਿੰਗ ਤੋਂ ਹੀ ਸੜਕ ਕ੍ਰਾਸ ਕਰਨੀ ਉਸਤਾਦ ਜੀ, ਮੈਂ ਕੋਲ ਹਾਂ, ਮੈਂ ਸਾਹਮਣੇ ਜਾਣਾ ਸੜਕ ਪਾਰ ਕਰਕੇ, ਮੈਂ ਉੱਤੋਂ ਦੀ ਜ਼ੈਬਰਾ ਕ੍ਰੋਸਿੰਗ ਤੋਂ ਹੀ ਜਾਣਾ, ਮੈਂ ਸਾਹਮਣੇ ਕਿਉਂ ਨਹੀਂ ਜਾ ਸਕਦਾ ਜਿਹੜਾ ਕੋਲ ਹੈ ਮੇਰੇ? ਉੱਤੋਂ ਜੇ ਬੰਦੇ ਨੂੰ ਗੈਸ ਹੋਈ ਆ ਜਾਂ ਉਹਦੇ ਮਸਲਾ ਵਾ ਪੇਟ 'ਚ, ਸੀਟ ਬੈਲਟ ਲਾ ਕੇ ਰੱਖਣਾ ਜੀ। ਸੀਟ ਇੱਥੇ ਉਹ ਉਹ ਮਿਲਦੀ ਕਿੱਲੀ ਜੀ, ਉਹ ਸੀਟ ਬੈਲਟ ਲਾਉਣ ਨਾਲ ਮਤਲਬ ਗੈਸ ਦਾ ਕੋਈ ਫਰਕ ਪੈਂਦਾ? ਸੀਟ ਬੈਲਟ ਗੈਵਿਸ ਕੌਣ ਵਾਲਿਆਂ ਦੀ? ਨਹੀਂ ਵੀ ਕਿਸੇ ਟਾਈਮ ਬੰਦੇ ਨੂੰ ਫਾਰਾ ਹੋਇਆ ਹੁੰਦਾ ਵਾ, ਕਿਸੇ ਟਾਈਮ ਨਹੀਂ ਤਬੀਅਤ, ਸੀਟ ਬੈਲਟ ਲਾ ਕੇ ਬਹਿਣਾ। ਇੱਥੋਂ ਕਿੱਲੀ ਮਿਲਦੀ 20 ਰੁਪਈਆਂ ਦੀ, ਉਹ ਆਰਾਮ ਨਾਲ ਸਾਡੇ ਇੱਥੇ ਲਾਉਂਦੇ ਨੇ, ਉਹ ਕਿੱਲੀ ਲਾ ਦਿਓ ਟੂੰ ਟੂੰ ਗੱਡੀ ਦੀ ਉਹ ਮੁੱਕ ਜਾਂਦੀ, ਸੀਟ ਬੈਲਟ ਨਾ ਲਾਓ ਭਾਵੇਂ ਜਿੱਥੇ ਮਰਜ਼ੀ ਫਿਰੋ। ਤੋ ਤੁਹਾਡਾ ਕੀ ਮੌਕਾ ਫਜਰ? ਕਿਹੜੀਆਂ ਸਵਾਰੀਆਂ ਨੂੰ ਤੁਸੀਂ ਦੁਬਈ ਲੈ ਗਏ? ਉਹ ਫਾਰੇ ਹੋਏ ਉਹਨਾਂ ਨੂੰ ਤੁਸੀਂ ਦੁਬਈ ਲੈ ਗਏ? ਇਹ ਦੁਬਈ ਨਾ ਨਾ ਜਾਂਦੇ ਤੇ ਇਹਨਾਂ ਨੇ ਸਾਰੀ ਉਮਰ ਆਲੂਆਂ ਤੋਂ ਮਿੱਟੀ ਝਾੜਨੀ ਸੀ। ਇਹ ਗਲਤ ਬੰਦਿਆਂ ਨੂੰ ਲੈ ਗਏ। ਉਹ ਜਾ ਕੰਮ ਕਰ, ਮੈਂ ਪਹਿਲੀ ਵਾਰੀ ਗਏ ਆ, ਕੋਈ ਅੱਲਾ ਮਾਫੀ ਦੇ। ਨਹੀਂ ਜੀ, ਦੂਜੀ ਵਾਰੀ ਗਿਆ ਸੀ। ਨਹੀਂ ਉਸਤਾਦ ਜੀ, ਉਸ ਤੋਂ ਪਹਿਲੇ ਵੀ ਮੈਂ ਗਿਆ। ਨਹੀਂ ਨਹੀਂ, ਦੋ ਵਾਰੀ ਗਿਆ ਤੂੰ। ਉਸਤਾਦ ਜੀ ਮੈਂ ਪਹਿਲੇ ਵੀ ਗਿਆ। ਉਹ ਤੇ ਭਾਬੀ ਨਾਲ ਗਿਆ ਸੀ ਨਾ। ਤੂੰ ਦੋ ਵਾਰੀ ਗਿਆ ਵਾ, ਪਹਿਲੇ ਏਜੰਸੀ ਵਾਲੇ ਲੈ ਕੇ। ਅੱਛਾ ਜੀ, 4 ਵਾਰੀ ਗਿਆ। ਚਲੋ ਜੀ, ਤੁਸੀਂ 8 ਵਾਰੀ ਗਏ? 4 ਵਾਰੀ ਗਿਆ, 2 ਵਾਰੀ ਗਿਆ ਤੇ 2 ਵਾਰੀ ਆਇਆ। ਅੱਛਾ, ਇੱਥੇ ਹੀ ਬੈਠਾ ਮੁੱਕਰੀ ਜਾ ਰਿਹਾ। ਮੈਂ ਕਿਹਾ ਤੂੰ 2 ਵਾਰੀ ਗਿਆ, ਕਹਿੰਦਾ ਨਹੀਂ 1 ਵਾਰੀ ਇਸ ਤੋਂ ਪਹਿਲੇ ਵੀ ਗਿਆ, 3 ਵਾਰੀ ਹੋ ਗਿਆ, ਹੁਣ ਕਹਿੰਦਾ 4 ਵਾਰੀ ਗਿਆ। ਭਾਈ ਤੂੰ 8 ਵਾਰੀ ਗਿਆ, ਭਾਈ ਤੂੰ ਹੈ ਹੀ ਦੁਬਈ ਤੇਰਾ ਵਾ, ਭਾਈ ਤੈਨੂੰ ਟਿਕਟ ਹੀ ਫ੍ਰੀ ਹੈ, ਤੂੰ ਜਦੋਂ ਮਰਜ਼ੀ ਜਾ, ਜਦੋਂ ਮਰਜ਼ੀ ਆ। ਤੂੰ ਵੀ ਤੁਸੀਂ ਬਹਿਸ ਖਤਮ ਕਰ, ਤੁਸੀਂ ਖਿਜਿਆ ਤੇ ਨਾ ਕਰੋ, ਬੰਦੇ ਲਓ ਜੀ ਨਾਜ਼ਰੀਨ ਨੂੰ ਤੁਸੀਂ ਇੱਧਰ ਧਿਆਨ ਮੇਰੇ ਵੱਲ ਕਰਨਾ ਵਾ, ਠੀਕ ਆ ਨਾ? ਗੱਲ ਤੁਸੀਂ ਸੁਣਨੀ ਆ। ਚਲੋ ਸਾਡੀ ਮੁੱਕ ਲਵੇ ਤੇ ਫਿਰ ਤੁਹਾਡੀ ਮੁੱਕ ਹੀ ਨਾ, ਸਾਨੂੰ ਇਹ ਦੱਸੋ। ਉੱਥੇ ਇੱਕ ਬੰਦੇ ਨੇ ਦੱਸਿਆ ਫੈਸਲ ਸਾਹਿਬ, ਉਹਨੇ ਕਿਹਾ ਮੇਰਾ ਜੀ ਦਾਨਿਸ਼ ਭਾਈ ਜਿਹੜਾ ਗਰਾਮਾ ਹੁੰਦਾ ਨਾ, ਜਿਹੜਾ ਫਾਈਨ ਹੁੰਦਾ ਵਾ, ਉਹ ਕਹਿੰਦਾ ਇੰਨਾ ਵੱਧ ਗਿਆ ਵੀ ਮੈਂ ਗੱਡੀ ਜਿਹੜੀ ਨਾ ਵੇਚ ਕੇ ਤੇ ਉਹ ਫਾਈਨ ਲਾਇਆ ਤੇ ਉਹ ਪੱਲਿਓਂ ਫਿਰ ਮੈਨੂੰ 7,000 ਰਿਆਲ ਦੇਣੇ। ਉਹਦੀ ਪੂਰੀ ਗੱਲ ਮੈਂ ਸੁਣਾਉਂਦਾ, ਮੇਰੇ ਨਾਲ ਹੀ ਬੈਠਾ ਸੀ ਜਿਹਨੇ ਗੱਲ ਸੁਣਾਈ। ਉਹਨੇ ਕਿਹਾ ਜੀ ਕਿ ਮੈਂ ਇੱਕ ਜਗ੍ਹਾ 'ਤੇ ਰਹਿੰਦਾ ਸਾਂ ਅਤੇ ਮੈਂ ਰੋਜ਼ ਉੱਥੋਂ ਘਰੋਂ ਨਿਕਲ ਕੇ ਨਾ ਅਤੇ ਕਿਤੇ ਮੇਨ ਸੜਕ 'ਤੇ ਜਾਂਦਾ ਸਾਂ, ਅਤੇ ਜਦੋਂ ਮੈਂ ਘਰੋਂ ਨਿਕਲਦਾ ਸਾਂ ਨਾ ਅਤੇ ਘਰੋਂ ਨਿਕਲਦੇ ਹੀ ਨਾ ਇੱਕ ਪੁਲਿਸ ਵਾਲੇ ਦੀ ਡਿਊਟੀ ਲੱਗੀ ਸੀ, ਉਹ ਮੈਨੂੰ ਰੋਜ਼ ਵੇਖ ਕੇ ਨਾ ਹੱਸਦਾ ਸੀ। ਪਹਿਲੀ ਵਾਰੀ ਵੇਖਿਆ ਉਹਨੇ ਮੈਨੂੰ ਸਮਾਈਲ ਦਿੱਤੀ, ਮੈਂ ਕਿਹਾ ਯਾਰ ਕਿੱਡਾ ਅੱਛਾ। ਦੂਜੇ ਦਿਨ ਮੈਂ ਲੰਘਿਆ, ਉਹਨੇ ਫਿਰ ਵੇਖ ਕੇ ਮੈਨੂੰ ਹੱਸਿਆ। ਤੀਜੇ ਦਿਨ ਮੈਂ ਲੰਘਿਆ, ਉਹ ਫਿਰ ਵੇਖ ਕੇ ਹੱਸਿਆ, ਕਹਿੰਦਾ ਮੈਂ ਸਮਝਿਆ ਮੇਰਾ ਵਾਕਫ ਹੋ ਗਿਆ ਅਤੇ ਰੋਜ਼ ਹੱਸਦਾ ਵਾ। ਹੱਸਦਾ ਉਹ ਕਿਸ ਗੱਲੋਂ ਸੀ? ਕਹਿੰਦਾ 18-19 ਦਿਨ ਨਾ ਮੈਨੂੰ, ਜਿੰਨੇ ਦਿਨ ਮੈਂ ਉਹਦੇ ਸਾਹਮਣੇ ਗਿਆ ਨਾ, ਜਿੰਨੇ ਵਾਰੀ ਉਹ ਹੱਸਿਆ, ਯਾਨੀ ਅਗਰ 18 ਵਾਰੀ ਹੱਸਿਆ ਨਾ ਤੇ 18 ਵਾਰੀ ਸੀਟ ਬੈਲਟ ਨਾ ਲਾਉਣ ਦੇ ਮੈਨੂੰ 18 ਜੁਰਮਾਨੇ। ਹਾਂਜੀ, ਹੁਣ ਉਹਨੇ ਗੱਲ ਵੀ ਸੁਣ ਲਓ ਨਾ ਤੁਸੀਂ ਇਹੋ ਜਿਹੀ। ਇੱਦਾਂ ਕਹਿੰਦਾ ਜਦੋਂ ਮੈਨੂੰ 17-18 ਇਕੱਠੇ ਜੁਰਮਾਨੇ ਆਏ ਨਾ ਰੋਜ਼ ਦਾ ਇੱਕ, ਉਦੋਂ ਮੈਨੂੰ ਸਮਝ ਆਈ ਕਿ ਮੈਂ ਇਹਨਾਂ ਕਿਉਂ ਹੱਸਦਾ ਸੀ। ਮੇਰਾ ਵੇਖ ਉਹ ਇਸ ਤੋਂ ਹੱਸਦਾ ਸੀ ਕਿ ਪੁੱਤਰ 4 ਹੋ ਗਏ 5 ਹੋ ਗਏ 6 ਹੋ ਗਏ, ਕਿਉਂਕਿ ਉੱਥੇ ਇਹ ਨਹੀਂ ਚੱਕਰ ਹੈਗਾ ਕਿ ਤੁਹਾਨੂੰ ਰੋਕਣ ਤੇ ਰੋਕ ਕੇ ਗਏ ਸੀਟ ਬੈਲਟ, ਕੈਮਰੇ ਲੱਗੇ ਨੇ, ਉਹਨੇ ਤੁਹਾਨੂੰ ਕੈਪਚਰ ਕੀਤਾ, ਸੀਟ ਬੈਲਟ ਰਹੀ ਹੈਗੀ, ਉਹਨੇ ਪਿੱਛੇ ਖਾਤੇ 'ਚ ਪਾ ਦਿੱਤਾ। ਉਹ ਇਸ ਤੋਂ ਰੋਜ਼ ਹੱਸਦਾ ਸੀ ਕਿ ਕਿਆ ਕਿਆ ਇਹਦਾ ਮਜ਼ਾ ਆ ਰਿਹਾ, ਰੋਜ਼ ਹੋ ਰਿਹਾ। ਫਿਰ ਕਹਿੰਦਾ ਹੋਰ ਵੀ ਚਲਾਨ ਸੀ, ਫਿਰ ਉੱਥੇ ਗੱਡੀ ਹੈ ਸਸਤੀ, ਚਲਾਨ ਮਹਿੰਗੇ ਨੇ,
दानिश भाजी 6-7 हज़ार रुपए की उत्थे नॉर्मल कार मिल जाती है चलाउण वाली दिरहम की 6-7 हज़ार दिरहम होवे ना सत्तू जी बताली पाकिस्तानी 5 लाख रुपए की बेहतरीन छोटी गड्डी जिहड़ी तुसीं भावें सारे दुबई च ले फिरो यूए च उत्थे मिल जाती 7 हज़ार दिरहम की ते नॉर्मल जिहड़ा जुर्माना वा वह 800 हज़ार दिरहम हुण जिस बंदे नूं 18 जुर्माने होए ने सीटमेंट के उन्हें गड्डी वेच के कोलो पैसे पा के देने दो गड्डिया के जुर्माने चले मैं तुम दसदा कि दुबई किस बंदे नूं अच्छा ने सब तो पहली गल यह है कि अगर मैं दुबई दे बोल रहा ना हक जी फायदे तो यदा मतलब है बिल्कुल थले नहीं समझना कि मैं जी को पाकिस्तान मैं दुबई चंगा लगता तो एवं मतलब ना वो होंगे ना कई कूड़ पुणा लो जी पाकिस्तानी हो कर दुबई दियाँ तरीफा नहीं पाकिस्तान पाकिस्तान पहले एक वैसे गल हो रही है कि पसंद की है उत्थे दा मैनू कमानी और मेरे दिल च हमेशा यह होंगे कि यार काश साढ़े उत्थे इदा होवे ठीक है ना वो बंदा दुबई कदी खुश नहीं रह सकेगा जिहड़ा बंदा किसी के कहे कार च नहीं भावें कार पाकिस्तान का हो भावें इत्थे दी पुलिस होवे भावें इत्थे दा कानून होवे भावें अपना जाती घर च उहदे प्यो दी वह अपने प्यो दे भी मतलब अंडर च रहना नहीं चाहुंदा वह बंदा दुबई कदी खुश नहीं रह सकता जिहड़ा हब मंग टैप तबीयत भी आ की टैप भी लो एडी कड़ी गल तेनू धक्के ना जुर्माना पा रहे तेनू उन्होंने कहा कि फैसल रामे साहब फरीद साहब तुसी पाकिस्तान चो आए वेलकम साडा मुल्क देखो ऐ नहीं कम करना दायरे च रहना ऐ कम नहीं करना तो तू करके ते ये उम्मीद रखे कि लो वो तो माफी भी नहीं देंदे वो तो एक बार सुन गलत एक ही लॉजिक नहीं बन रही गल बिल्कुल दूसरी गल सुनो दूसरी गल सर पाकिस्तान की तू मिसाल दी साडे वार्डन वाले हम जुबान आ मतलब साडे शहर के ने या साडे मुल्क के ने उर्दू समझते हैं ये ज़्यादातर पंजाब की गल कर रहे सिंध वाली साइड जाए मैं देखता जी कौन याद करता क्योंकि इनकी बोली नहीं समझ आनी उन्होंने तो उन्होंने शक्लों पता लगना कौन उन्होंने पता नहीं कितों आया दूजी गल भैन उ दुनिया च जिन्नियां अकलीयतां ने ना सारियां उत्थे अकलीयत मीनस तेनू हले तक अकलीयत नहीं आई एडा वड्डा हो गया तू अकलीयत अकलीयत का मतलब यह कि जिन्नी भी कैटागरीज ने मजहब वाइज या नसल वाइज धर्म वाइज या किसी भी वाइज हिंदू मुस्लिम सिख ईसाई नहीं नहीं हिंदू मुस्लिम सिख ईसाई सारे इतने भी है वर्ल्ड दुनिया सिर्फ मजहबी नहीं मतलब नसल भी अफरीकी भी ने यूएसए के भी ने कैनेडियन भी ने आस्ट्रेलियन भी ने सारे ने उत्थे सारी दुनिया के उन्होंने अगर वो छूट दे मैनेज कर ही नहीं सकते इन्ना इन्ना सख्ती अगर ना कर मैनेज कर ही नहीं सकते तुम क्या सारे आपस ਤੁਹਾਨੂੰ ਪੁਲਸਾਂ ਨੇ ਰੋਕਿਆ ਉਹ ਵੀ ਫੈਸਲਾਬਾਦ ਬਾਰਸਪੁਰੇ ਦਾ ਸ਼ੁਗਰ ਮੇਲਾ ਕਰਕੇ ਛੱਡ ਤੈਨੂੰ ਇੱਥੇ ਪੁਲਸਾਂ ਨੇ ਰੋਕ ਲਵੇ ਉਹ ਵੀ ਸਮਨਾਬਾਦ ਦਾ ਤੂੰ ਝਾਲ ਦਾ ਆਹ ਕਿਸੇ ਲਾਹੀਆ ਉਹ ਵੀ ਉੱਥੇ ਹੀ ਆ ਜ਼ਿਆਦਾ ਜ਼ਿਆਦਾ 2-3 ਕਿਲੋਮੀਟਰ ਠੀਕ ਹੈ ਤੁਸੀਂ ਸਾਰੇ ਆਪਸ ਚ ਰਲੇ ਆ ਤੁਹਾਡਾ ਸਾਡਾ ਵਾਰਡਨ ਵਾਲਾ ਵੀ ਸਾਡਾ ਆਪਣਾ ਭਰਾ ਠੀਕ ਹੈ ਅਗਰ ਸਾਨੂੰ ਥਾਣੇ ਲੈ ਜਾਂਦਾ ਉਹ ਵੀ ਸਾਡੇ ਆਪਣੇ ਭਰਾ ਤੁਸੀਂ ਉੱਥੇ ਚੱਕਰ ਨਹੀਂ ਹੈ ਉਸਤਾਦ ਜੀ ਸਾਨੂੰ ਸਰ ਦੇਖੋ ਰੂਲਸ ਹੈ ਕਰੋਨਾ ਦੇ ਪਹਿਲਾਂ ਤੁਸੀਂ ਦੱਸ ਲਓ ਮੈਨੂੰ ਮੈਂ ਤੇ ਤਾਂ 2 ਘੰਟੇ ਬੋਲਦੇ ਰਹਿਣਾ ਮੈਨੂੰ ਵੀ ਚੇਤ ਭੁੱਲ ਜਾਣਾ ਵਾ ਉਸਤਾਦ ਜੀ ਸਭ ਤੋਂ ਪਹਿਲੀ ਗੱਲ ਮੈਨੂੰ ਇਹ ਦੱਸੋ ਇਹ ਦਾਨਿਸ਼ ਸਾਹਿਬ ਤੁਸੀਂ ਇਨਸਾਫ਼ ਤੇ ਤੁਹਾਡਾ ਮੂੰਹ ਨਹੀਂ ਹੈਗਾ ਵੈਸੇ ਇਨਸਾਫ਼ ਕਰਨ ਵਾਲਾ ਲੇਕਿਨ ਮੈਨੂੰ ਇਹ ਦੱਸੋ ਕਿ ਭਾਜੀ ਉੱਥੋਂ ਦਾ ਲਾਇਸੈਂਸ ਜਿਹੜਾ ਤੁਸੀਂ ਡਰਾਈਵਿੰਗ ਲਾਇਸੈਂਸ ਬਣਾਉਣਾ ਨਾ ਤੁਸੀਂ ਇੱਥੇ 20 ਮਰਲੇ ਦਾ ਪਲਾਟ ਲੈ ਕੇ ਫਾਰਮ ਹਾਊਸ ਬਣਾ ਸਕਦੇ ਹੋ ਇੰਨੇ ਦਾ ਯਾਨੀ 75,000-70,000 ਤੁਹਾਡਾ ਲਾਇਸੈਂਸ ਤੇ ਲੱਗ ਜਾਏਗਾ 6-7 ਹਜ਼ਾਰ ਸਭ ਚਲੋ ਉਸਤਾਦ ਜੀ ਉਹ ਵੀ ਉਹ ਜਿਹੜਾ ਨਾਮ ਪਾਸ ਹੋਵੇ ਉਹਦੇ ਤੇ ਨਹੀਂ 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 ਉਹਦੇ ਤੇ ਪੈਸੇ ਲੱਗਦੇ ਨੇ ਬੱਚ ਥੋੜੇ ਲੱਗਦੇ ਆ ਤੈਨੂੰ ਗਲਤ ਕਿਸੇ ਨੇ ਗਾਈਡ ਕੀਤਾ ਅੱਛਾ ਸੁਣੋ ਲਾਇਸੈਂਸ ਦਾ ਤਲਕ ਕਿਹਦੇ ਨਾਲ ਆ ਕੈਸੇ ਜਾਹਲ ਨੇ ਦੋਵੇਂ ਲਾਇਸੈਂਸ ਦਾ ਤਲਕ ਸਿੱਧਾ ਸਿੱਧਾ ਜ਼ਿੰਦਗੀ ਮੌਤ ਨਾਲ ਵਾ ਬਿਲਕੁਲ ਤਲਵਾਰ ਦੇ ਉੱਤੇ ਬਹਿ ਕੇ ਬਣਾਉਣਾ ਲਾਇਸੈਂਸ ਤੇਰਾ ਕਤਲ ਉਹਦੇ ਤੇ ਜ਼ਰਾ ਨੀ ਪੈਣਾ
क्यों नहीं पैना? नहीं पैना क्योंकि उसको लसेंस है, तेनू फिर समझ आएगी जिंदगी मौत में क्यों गया। लसेंस का तल्ला का जिंदगी मौत ना, अनाड़ी नू लसेंस दे देन, रिश्वत लैके लसेंस दे देन, वो ज्यादा गड्डी फुटपाथ चढ़ा के उत्थे दी स्पीड भी 140-120 मैक ठीक है, वो मार दे तू ही तुरे जांदा वे पाकिस्तान चो गया अगे जांदे तेनू पता लगे भी लसेंस दा उत्थे कोई चक्कर नहीं गा, बगैर लसेंस तो भी लई फिरदे आ या हर एक नू मिल जांदा ਉੱਥੇ ਆਮ ਬੰਦਾ ਤਿਰਦੇ ਗੱਡੀ ਚੜਾ ਦੇਵੇ ਕੀ ਹਾਲ ਹੋਏਗਾ ਤੇਰਾ? ਤੇਰੇ ਸਾਰੀ ਜ਼ਿੰਦਗੀ ਖਾਨਦਾਨ ਦੁਬਈ ਨੂੰ ਇਹ ਕਹੇਗਾ ਕਿ ਦੁਬਈ ਕਿੱਦਾਂ ਦਾ ਮੁਲਾਕਾਤ, ਦੁਬਈ ਨੂੰ ਚਾਹੀਦਾ ਸੀ ਲਾਇਸੈਂਸ ਚੰਗੀ ਤਰ੍ਹਾਂ ਦੇਖ ਕੇ ਦੇਵੇ। ਇਹ ਮੈਂ ਕਹਿ ਰਿਹਾ ਕਿ ਜ਼ਿੰਦਗੀ ਮੌਤ ਦਾ ਤਾਲਾ ਕਾ ਉਹਦੇ ਨਾਲ। ਉਹ ਤਾਂ ਗੱਲ ਠੀਕ ਉਸਤਾਦ ਜੀ, ਠੀਕ ਆ ਭਾਣ ਦੇਖੋ ਲਾਇਸੈਂਸ ਸਿਰਫ ਗੱਡੀ ਚਲਾਉਣ ਦਾ ਨਹੀਂ ਉਹ ਦੇਖਦੇ, ਅੱਛਾ ਨੂੰ ਚਲਾਉਣੀ ਆ ਵੀ ਚਲੋ ਜੀ ਲਾਇਸੈਂਸ ਦੇ ਦੇ, ਨਹੀਂ। ਲਓ ਜੀ ਮੈਂ ਇੱਕ ਦਿਨ ਅਸੀਂ ਨਾ ਜਦੋਂ ਮੈਂ ਪਹਿਲੀ ਵਾਰੀ ਗਿਆ ਨਾ, ਮੈਂ ਨਹੀਂ ਕਹਿਣਾ ਮੈਂ ਉਸ ਤੋਂ ਪਹਿਲੇ ਵੀ ਜਾਂਦਾ ਰਿਹਾ, ਮੈਂ ਭਾਈ 4-5 ਵਾਰੀ ਤੋਂ ਪਹਿਲੇ ਮਤਲਬ ਪਹਿਲੇ ਮੈਂ ਨਹੀਂ ਸੀ ਗਿਆ, ਮੈਂ ਪਹਿਲੀ ਵਾਰੀ ਗਿਆ। ਸਾਡਾ ਦੋਸਤ ਬੈਠੇ ਤੇ ਇੰਡੀਅਨ ਉਹ ਜਿਹੜਾ ਬੰਦਾ ਉਹ ਜਿਹੜਾ ਟੈਕਸੀ ਡਰਾਈਵਰ ਜਰਮਾਨੇ ਦੀ ਉਹਨੇ ਗੱਲ ਕੀਤੀ ਕਿਉਂਕਿ ਹਿੰਦੀ ਬੋਲਦਾ ਸੀ ਕਿ ਭਾਈ ਯਹਾਂ ਪੇ ਕਿਆ। ਤੋ ਮੈਂ ਪਹਿਲੀ ਵਾਰੀ ਗਿਆ ਤਾਂ ਬੜਾ ਸ਼ੌਕ ਸੀ ਹਰ ਗੱਲ ਦਾ ਪੁੱਛਣ ਦਾ। ਉਹਨੇ ਕਿਹਾ ਜੀ ਮੇਰਾ ਇੱਕ ਦੋਸਤ ਹੁਣ ਤੈਨੂੰ ਹੁਣ ਤੂੰ ਦੇਖੀ ਕਿ ਕਿੱਥੇ ਗੱਲ ਜਾ ਰਹੀ ਹੈ। ਉਹਨੇ ਕਿਹਾ ਜੀ ਮੇਰਾ ਇੱਕ ਦੋਸਤ ਉਹਨੇ ਜਾ ਕੇ ਲਾਇਸੈਂਸ ਲਿਆ ਗੱਡੀ ਚਲਾਉਣ ਲੱਗ ਪਿਆ, ਉਹਨੇ ਸਿਰਫ ਇੱਕ ਜਗ੍ਹਾ ਤੇ ਗੱਡੀ ਰੋਕ ਕੇ ਨਾ ਤੇ ਸਵਾਰੀ ਬਿਠਾਈ ਹੈ, ਬਸ ਉਹਨੂੰ 25,000 ਦਿਰਮ ਉਹਨਾਂ ਨੇ ਜੁਰਮਾਨਾ ਕੀਤਾ। ਆਪਣੀ ਇਮਾਨਦਾਰੀ ਨੂੰ ਦੱਸਿਓ, ਇਨਸਾਫ ਪੂਰੀ ਗੱਲ ਹੋ ਰਹੀ ਹੈ, ਅੱਧੀ ਗੱਲ ਸੁਣ ਕੇ ਇਨਸਾਫ ਕਰਨ ਲੱਗ ਪਏਗਾ, ਪੂਰੀ ਸੁਣ ਲਾ ਠੀਕ ਹੈ। ₹40 ਰੁਪਏ ਬਣ ਗਿਆ, ਚਲੋ ਤੁਸੀਂ ਆਪ ਹਿਸਾਬ ਲਾ ਲੈਣਾ ਠੀਕ ਆ ਜੀ। ਅਗਲੀ ਵੀ ਗੱਲ ਸੁਣ ਲੈਣਾ, ਉਹਨੂੰ ਪੁੱਛਿਆ ਜੀ ਕਿਉਂ ਇੰਨਾ ਜੁਰਮਾਨਾ ਕਾਹਤੋਂ, ਕਹਿੰਦਾ ਉਹਨਾਂ ਨੇ ਉਹਨੂੰ ਕਿਹਾ ਵੈਸੇ ਤਾਂ 800, 900, 500, 400, 300, 200 ਵੀ ਆ, 25,000 ਤੈਨੂੰ ਇਸ ਤੋਂ ਕੀਤਾ ਹੈ ਕਿ ਤੂੰ ਜਿੱਥੇ ਖਿਲਾਰ ਕੇ ਸਵਾਰੀ ਚੁੱਕੀ ਹੈ ਨਾ ਠੀਕ ਹੈ ਨਾ, ਇੱਥੇ ਪਿੱਛੇ 140 ਉਦੋਂ ਸਪੀਡ ਸੀ, ਉਹਨਾਂ ਨੇ 120 ਕਰਤੀ, ਉਦੋਂ 140 ਤੇ ਗੱਡੀਆਂ ਆ ਰਹੀਆਂ, ਉਹਨਾਂ ਦੇ ਵਹਿਮੋ ਗੁਮਾਨ 'ਚ ਵੀ ਨਹੀਂ ਗਾ ਕਿ ਅੱਗੇ ਗੱਡੀ ਖਲੋਤੀ ਹੋਣੀ। ਬਿਲਕੁਲ, ਦਿਲ ਕਰੇ ਕੋਈ ਇੰਜ ਕਰਕੇ ਕੁਛ ਕਰ ਰਿਹਾ ਹੋਵੇ, ਦਿਲ ਕਰੇ ਕੋਈ ਇੰਜ ਕਰ ਰਿਹਾ ਕਿਸੇ ਦਾ ਧਿਆਨ ਕੋਈ ਗਾਣੇ ਸੁਣ ਰਿਹਾ ਹੋਵੇ, ਕਿਸੇ ਨੇ ਗੱਲਾਂ ਕਰ ਰਿਹਾ ਹੋਵੇ, ਜਿੱਥੇ ਮੇਨ ਸੜਕ ਤੇ ਉਹਦੀ ਗਲਤੀ ਸੀ, ਇੱਕ ਸਵਾਰੀ ਭਾਈ 10 ਸਕਿੰਟ ਲੱਗੇ ਹੋਣਗੇ, 15 ਲੱਗੇ ਹੋਣਗੇ ਕਿਹਾ। ਲੇਕਿਨ ਔਰ ਦੂਸਰੀ ਗੱਲ, ਅਗਰ ਇੱਕ ਗੱਡੀ ਉਹਦੇ ਪਿੱਛੇ ਵੱਜੀ ਆ ਤੇ ਸਮਝੋ ਕਿ ਪਿੱਛੋਂ 250 ਗੱਡੀ ਵੱਜੀ ਹੈ ਤੇ ਉੱਥੇ ਦਿਲ ਕਰੇ 72-73-74-75 ਬੰਦੇ ਜਾਂ ਵਾਕ ਹੋ ਜਾਣ, ਜ਼ਖਮੀ ਕਿੰਨੇ ਹੋ ਜਾਣ, ਗੱਡੀਆਂ ਦਾ ਕਿੰਨਾ ਨੁਕਸਾਨ ਹੋਵੇ, ਤੇ 25,000 ਨਾਰਮਲ ਕੀਤਾ ਉਹਨਾਂ ਨੇ, ਬਿਲਕੁਲ ਨਾਰਮਲ। ਜਦੋਂ ਤੁਸੀਂ ਇਸ ਗੱਲ ਤੇ ਸੋਚਦੇ ਹੋ ਬਿਲਕੁਲ, ਮੋਟਰਵੇ ਤੇ ਤੂੰ ਜਾ ਰਿਹਾ, ਤੂੰ ਮੋਟਰਵੇ ਤੇ ਜਾ ਰਿਹਾ, ਮੈਂ ਮੇਰੀ ਗੱਡੀ ਵੱਜੀ ਹੈ, ਬਲੈਕ ਕਲਰ ਦੀ ਗੱਡੀ ਸੀ 24 ਨਿਊਜ਼ ਦੀ, ਭਾਵੇਂ ਮੈਂ ਜਾ ਰਿਹਾ ਆਰਾਮ ਨਾਲ, ਇੱਕ ਗੱਡੀ ਵਾਈਟ ਮੇਰੇ ਅੱਗੇ ਆ, ਉਹਦੇ ਅੱਗੇ ਇੱਕ ਨਾਰਮਲ ਜੀ ਗੱਡੀ ਮਹਿਰਾਨ ਟੈਪ ਤੇ ਇੱਕ ਗੱਡੀ ਮੇਰੇ ਪਿੱਛੇ ਆ। ਤੁਸੀਂ ਸੋਚ ਸਕਦੇ ਆ ਕਿ ਯਾਰ ਮੈਂ ਡਰਾਈਵ ਕਰ ਰਿਹਾ, ਮੇਰਾ ਭਾਈ ਨਾਲ ਬੈਠਾ ਡਰਾਈਵ ਕਰ ਰਿਹਾ ਤੇ ਇੱਕ ਗੱਡੀ ਚਿੱਟੀ ਜਾ ਰਹੀ, ਤੁਸੀਂ 15-20 ਮਿੰਟ ਅੱਧਾ ਘੰਟਾ ਤੋਂ ਜਾਂ ਜਿੰਨੀ ਦੇਰ ਵੀ ਤੁਹਾਡੇ ਅੱਗੇ ਆ, ਤੁਸੀਂ ਦੇਖ ਰਹੇ ਕਿ ਮੈਂ ਇਹਦੇ ਪਿੱਛੇ ਅਸੀਂ ਦੋਵੇਂ ਜਾ ਰਹੇ ਹਾਂ ਸਕੂਨ ਨਾਲ, ਤੁਸੀਂ ਸੋਚ ਸਕਦੇ ਆ ਕਿ ਇਹ ਖਲੋਜੇਗੀ ਇੱਥੇ ਹੀ, ਖਲੋਜੇਗੀ ਮੋਟਰਵੇ ਦੇ ਸੈਂਟਰ ਹੀ ਲੈਣ 'ਚ ਖਲੋਜੇਗੀ, ਸੋਚ ਸਕਦਾ ਤੂੰ? ਅਗਰ ਉਹ ਖਿਲਾਰ ਲਵੇ ਉਹਨੂੰ ਪਾਕਿਸਤਾਨੀ ਕਿੰਨਾ ਕੁ ਜੁਰਮਾਨਾ ਹੋਣਾ ਚਾਹੀਦਾ? 10 ਕਰੋੜ ਵੀ ਜੁਰਮਾਨਾ ਕਰ ਦਿਓ ਅਗਰ ਕੋਈ ਜਾਨ ਚਲੀ ਗਈ ਹੋਈ, ਉਹ ਕਿੱਦਾਂ ਪੂਰੀ ਕਰਨੀ? ਭਾਈ ਜਾਨ ਸੁਣੋ, ਮੇਰੀ ਇਸ ਵਾਈਟ ਗੱਡੀ ਤੋਂ ਅਗਲੀ ਗੱਡੀ ਵਾਲੇ ਨੇ ਠੱਕ ਬ੍ਰੇਕ ਮਾਰ ਲਈ ਤੇ ਚਿੱਟੀ ਗੱਡੀ ਉਹਦੇ ਵਿੱਚ ਵੱਜੀ ਹੈ ਦੜੈ ਤੇ ਉਹਦੇ ਵਿੱਚ ਵੱਜ ਕੇ ਰੁਕੀ ਹੈ, ਤੇ ਮੈਂ ਜਦੋਂ ਇੰਜ ਦੇਖਿਆ ਨਾ ਤੇ ਹੁਣ ਮੇਰੇ ਹਿਸਾਬ ਨਾਲ ਉਹ ਨਾਰਮਲ ਕੇ ਵੀ ਜਾ ਰਹੀ ਹੈ, ਜਦੋਂ ਮੈਂ ਦੇਖਿਆ ਨਾ ਮਤਲਬ 1.5 ਕਿਲੋਮੀਟਰ ਦਾ ਫਰਕ ਹੋਣਾ ਜਾਂ 1.5 ਤੋਂ ਘੱਟ ਹੀ, ਯਾਨੀ ਉਹ ਦੂਰ ਥੋੜ੍ਹਾ, ਬਿਲਕੁਲ ਵੀ ਨਾਲ ਨਹੀਂ ਲਾਈ ਮੈਂ, ਲੇਕਿਨ ਤੇ ਥੋੜ੍ਹਾ ਜਿਹਾ ਮੈਨੂੰ ਲੱਗਾ, ਮੈਂ ਕਿਹਾ ਇਹ ਫਾਸਲਾ ਘਟੀ ਜਾ ਰਿਹਾ ਹੈ, ਇਹ ਕੀ ਗੱਲ? ਉਹਨੇ ਸਲੋਅ ਕਰ ਲਈ, ਉਸਤਾਦ ਜੀ ਮੈਂ ਬ੍ਰੇਕ ਅਤੇ ਪੈਰ ਰੱਖਿਆ ਇੰਨੀ ਦੇਰ ਨੂੰ, ਹੁਣ ਉਹ 80-90 ਤੇ ਜਾ ਰਹੇ ਤੇ ਉਹਨੇ ਬਿਲਕੁਲ ਹੀ ਰੋਕ ਲਈ, ਕਿੰਨੇ ਕੁ 1 ਸਕਿੰਟ ਲੱਗਾ ਉਹ ਮੈਨੂੰ ਉਹਦੇ ਤੱਕ ਜਾਂਦੇ ਆ, ਇੰਨੀ ਦੇਰ 'ਚ ਮੈਂ ਬੌਂਦ ਲੱਗਿਆ ਭਾਜਨ ਉਹਨੂੰ, ਮੈਂ ਪਿੱਛੋਂ ਪਿਛਲੀ ਸੀਟ ਤੱਕ ਅੰਦਰ ਹੀ ਵਾੜ ਤੇ ਜਦੋਂ ਮੈਂ ਅੰਦਰ ਵਾੜ ਕੇ ਮੈਂ ਕਹੂੰ ਯਾਰ, ਤੇ ਇੱਕ ਝਟਕਾ ਮੈਨੂੰ ਵੱਜਿਆ ਦੜੈ, ਮੈਂ ਕਹੂੰ ਪਿਛਲੇ ਨੇ ਕਿਹਾ ਹੋਣਾ ਕਿ ਉਹ ਯਾਰ ਹੁਣ
फोरन तो पहले एक सियाना बंदा सी वेचू, उन्हें कहा सैड ते जिद्दी जल्दी हो सकता गड्डिया सैड ते लाओ, क्योंकि जिदा सानू नहीं इहदा पिछले लैण भी नहीं पता, इह ते लैण लग जाणी। लो जी फोरन तो पहले भाएं गड्डिया सैड ते लाईआं, ओ बोनट इंच ओ मैं तस्वीर भी शेयर कीती सी, चिट्टी ते मैं गड्डी वेची वारती ना, ओ दूजी सी सुजुकी दी छोटी वैगन आर, जानी नुकसान ते सैड ते हुण जिन्हें अगे गड्डी रोकी है ओ निकलन लगा आराम नाल आराम ना, ऐस को ना जान लगा ते मैं गड्डी अपनी नजर भी मैनू आ रहा मेरा बोनट इंज हो गया, कुबा हो गया, ते मैं कहा ये किधर चला, मैं इंज करके ना अगे इंज गड्डी ला दी ते थले आ गया, ते ओ मुंडा ओदा पेशाब निकलिया विच डरना नाल, ओदी अम्मी बैठी उस तो बहुत ही डरी बाहर कर लिया, ते मेरे मुंडे ने कुछ ना कहना मेरे मुंडे ने, वह कुछ नहीं कहते माँ जी सारा कुछ बच गया, बंदे ने कोई सट्टा नहीं लगिया, इन्हें रोकी क्यों, क्यों? की होया मोटरवे दे दरमियान वाली लाइन च जांदियां इन्हें क्यों ब्रेक मारी, कहिंदा कुत्ता इधरों निकलिया, वह मासूम आदमी बेचारा मुंडा, कुत्ता कहिंदा निकलिया ते मैं उन्हें बचाउंदियां बचाउंदियां इंसानियत दे नाते मैं ब्रेक मार ली, कुत्ता बच गया इंसानियत बच गई। बचा लिया ते मैं क्या नंगिया किते, कहिंदा नंगिया नहीं इंज करके आया किते, जो उन्हें देखा कि गड्डी है तो वापस मुड़ गया, ते भाएं उन्होंने तो ब्रेक मार ली, कहिंदा इंसानियत दे नाते ये लफ़ज़ सुनिया तो साढ़े फुहारे चुट गए, उहदे उत्तों डरिया पिया उहदी माँ, हाँ जी आए कित्थों, पुत इहनूं ना गड्डी नहीं सही चलाउणी आउंदी, मैं इहनूं कहिण भी देई सां इह ना मेरी भैण मेरी इहदी खाला दे मुंडे दी गड्डी आ सी उहदे कोल मंग के लैण लाहौर चलें, मैं कहा तुसीं जी टी रोड थां नहीं चले जांदे, नहीं इह कहिंदा मोटरवे ते रश रुश नहीं ना उधरों चलदे, मैं कहा पिछों अगर कोई जिहड़े अगला कुत्ता तो बचा लिया, पिछे 26 कुत्ते वज गए उन्होंने की करना। ठीक है जी भाजी, ओ जनाब वो खैर बज बचा गया, उन्हें भाई आई टी कार्ड अपना देता, पैसे की लैने से मतलब वो गड्डी दे जिन्हें भी पैसे लगे वो एक दो गड्डिया लौट चू उन्होंने, तो भाई उन्होंने कहना जी नहीं भाई साडा तो इदा मेरा एक इंश्योर्ड गड्डी सी कंपनी की सी उन्होंने दे दिता। हुण तुसीं दसो कि लाइसेंस का इस चीज़ ना तलक है कि नहीं, बिल्कुल है तलक है, हुण अगर असीं तैनूं नहीं पुछया कि पुत्र अपना लाइसेंस दिखा, असी नहीं उन्हें पूछा, असी तो यह पूछा कि उन्हें वो लसेंस की जगह कुत्ता पेश करता, उन्हें कहा जी कुत्ता इंसानियत, तो अगर उदा अच्छा मैं तेरे होर गल दसा सर, लाइसेंस तो बगैर थोड़ा एक्सीडेंट हो जाता ना, तेरे को बंदा भी मर जाता, तो सीधी सीधी 302 अगर तेरे को लाइसेंस हैगा तो तुहाडी बचत हैगी, लाइसेंस सिर्फ ड्राइव करन नूं नहीं कहिंदे, वो दुबई इस तो लाइसेंस इन्ना औखा करता कि तैनूं पता लगे एक सकिंट जोड़ा नाल बैठा हुंदा ना शुरता मुर्गा बड़ा वो एक सकिंट ज इंज करके कहता चल भी गड्डी तोर, तो कई बंदे बहुत सोहनी गड्डी चलाते होंगे उस तो पहले जो रैस रास्ते जाते हैं, लेकिन जो शुरता नाल बहुत ना तो लो कॉन्फिडेंस हो के एवं ऐ करते उत्थे ही वो पता की करते हैं, मतलब उन्हें कहना चल भी अरबी च की कहेंगे भी चल चला इतला 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 निकल के रोड से जा रहा कहना भी एन मोड उन्हें देखना क्या है कि इशारा ये वो सारा क्योंकि वह पढ़ाते ने पहले पढ़ाते ने क्या इशारे का मतलब है, तो उन्हें अगर मिस्टेक की ना तो उन्हें कहना रोक 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 वगफ 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 उन्हें वगफ करना तो दरवाजा खोल तो गैट आउट हो जाए उ मतलब कोई ना ना इन्हें कहना कि वापस मोड़ या इतों आ ला टैक्सी या नहीं जिथे भी उन्होंने लगा ना कि भैया नहीं सही उन्हें उत्थे खिलार के कहना कि निकल गड्डी चो निकल मैं आप चला लाँगा उन्हें कट के तो तुसी फिर दोबारा ट्रेनिंग लैनी पता नहीं किन्नी देर की वो फिर लैना भी पैसे देने तुसी यानी इदा कर पंजाह वारी फेल होए ने लोग पंजाह वारी फेल होए ने कई ऐसे हूँ दसो भी पहली बारी भी पास हो गए कौन देखो पहले जेडे पंजाह वारी फेल होए ने ना नो डाउट उन्होंने गड्डी चलानी आँदी होगी लेकिन सर जो नाल बैठे ने ना उन्होंने बंदा उदो कॉन्फिडेंस छड़ जाता होगा वजह तो हूँ जो पंजाह वारी हूँ एक बंदा जिन्हें सब दस उन्हें कहा एक बंदा 70 वारी फेल होया 70 वारी फेल होया तो उन्होंने उतने रेडियो एफ एम वाले ने सद लिया फेमस हो गया इसे चक्कर मॉर्निंग शो वाले उन्होंने कहा यार 70 वारी तो फेल हो गया तो इंटरव्यू दे रहा कि यस
सब तो पहले इन्हें की किया तोड़ ली है नहीं सब तो पहले बहना बह के उन्हें देखना शीशा सैट मैं तुम्हें लसेंस लैन का तरीका दस रहा शीशा सैट करना बैक शीशा देखना साइड शीशा देखना उधर का शीशा देखना थोड़ा जहा ठीक ठीक हो के बैल्ट लानी है उसकी बैल्ट देखनी है एवं उसकी चेक कर रहा बैल्ट ठीक है हाँ जी उस तो बाद हैंड ब्रेक देनी उस तो बाद उची आवाज करना बिस मिलता है तो दिल करो कभी रह दे यार जाओ के पूरा नोट कर दे कि कॉन्फिडेंस लैवल की है फिर तुम कह एन मोड वापस चल जा एन चार तुम ईजी करते रहना ब्रेक ब्रेक चेक कर देने का पैर कि स्पीड की है लाइसेंस ना सर तड़िया जिंदगी का तलक है ताड़िया नहीं किसी दी जिंदगी के नाल तलक जी मैं गल याद आ गई सर जी इतने का जो लाइसेंस है मैं अपने छोटे भरा की गल सुना शदार की वह कुप्पा नहीं जरा वह करैक्टर जो बैठता उन्होंने कहता रिवर्स करके ना तू नगा है तो उन्हें ना शाह जी 10,000 रुपया कढ़िया कहता 10,000 तेरा तू नगा के बखा तो उन्हें लगा तो कुप्पा डिग गया आहो तो नहीं वेखो लसेंस ठीक है अच्छी गल लेकिन एडा डिफिकल्ट कर दिता एडा मुश्किल कर दिता कोई डिफिकल्ट नहीं सुनो एक मिनट साडी भी सुनो सर जी डिफरेंस ये वा पाकिस्तान दे विच लाइसेंस बनता वा इहदे च एक सिस्टम हुंदा कि बंदा कंप्यूटर भी पास करता उत्थे भी कंप्यूटर हैगा इत्थों दा उर्दू दा पता वा पंजाबी दा पता उन्हां नूं उह उर्दू दे हिसाब नाल लिख दिंदे कि इसके बाद ये इशारा है ये इशारा है उत्थे अरबी दे विच सारा कंप्यूटर पास करना नहीं नहीं अपने फैसला बाद फिर मेरे मुंह कसम निकल जाती है चल वैसे कह दिना 5 महीने हो गए ने ठीक है एक बंदा जा रहा मेरा जानने वाला लसेंस बनाउण ते कुछ नहीं कह रहे सिर्फ ये कह रहे कि जिहड़ा लसेंस बनाउण वास्ते परची बुक ना वो मुक्की साडे कोल टोकन ही खत्म होए टोकन हाँ जी दैट्स नॉट पॉसिबल बे आ गल झूठ होवे विद कैमरा जावांगा वो बंदा कह देवे कि भाई मैं मजाक कीता या मैं शो वास्ते कीता उन्होंने जानदे कह जी जिहड़ा उस लवाजमा टैप सारा हुंदा ना वो नहीं सानूं पिछों आ रहे इत्थे डिफिकल्ट आ कि उत्थे और उत्थे की डिफिकल्ट आ तुसीं भाई जी जाना दाखला लेना उन्हां दीआं क्लासां अटेंड करनियां उस तो बाद जदों क्लासां अटेंड कर लेनियां तुहानूं एक बंदे ने उन्होंने नाल बहना वा तुसीं उहनूं पास करा लो इन्ना काम जगाड़ियां नूं तुसीं उत्थे लै गए हां इन्ना दा नहीं उत्थे रचना अज्ज गड्डी चलाण क्यों नहीं दित्ती मैं चलावांगा तां लसेंस लांगा नहीं लो गड्डी चलाणी नहीं देणा लो मैं चलावांगा तां लसेंस लवांगा हां जी यानी तू चला के चढ़ा देवे किसे ते क्यों चढ़ा दूं साहिब जी इत्थे ड्राइव करी दी नहीं असीं गड्डी चलाई थी किथे मैं फॉर एग्जांपल अपने मोहल्ले च इलाके च चला सकदा क्यों नहीं चला सकदा ते फिर मैं लाइसेंस किस तरह लैणा पहले लाइसेंस लैणा मतलब अगर मैं पहले सीखांगा तो चलो मैं गड्डी नहीं मेरे को हैगी लेकिन मैं पहले सीखांगा तो जाके लाइसेंस लवांगा आओ शायद ही तेरे कहने का मतलब यह है ना तू सीख ला
लेकिन तू अपने घर के बाहर रोड से मेन रोड पर नहीं सीख सकता। ठीक है, इतने अदारे बने, पाकिस्तान च कानून सारा ही है, उत्ते अमल नहीं हो रहा। लो जी, इतने अदारे बने ने, वो 3,000 रुपया 5,000 रुपया लेंदे ने महीने का। तुम अदारे के जाओ, उन्होंने कहो जी मैं गड्डी चलानी सिखा दो, वो तुम्हें गड्डी चलानी सिखा देंगे। जो सीख सीख जाओ तुम उदो लसेंस लै लो। ये नहीं कि तू छोटे भरा कहे मैनू भी सिखा, तू तेन लैके दुल्लापुर सड़कों के या लाहौर माल रोड से निकल के तेन उत्थे तेन रात को कहे चल सीख। दो नंबर तरीका नहीं उत्थे उस्ताद जी। अगर फॉर एग्जाम्पल मैं गड्डी उत्थे कितने सीखनी, ग्राउंड च जा कितने दुबई दे को जगह बनी, उन्होंने को 70,000 गड्डिया ने एको मॉडल सारा कुछ सिखाने को जगह वा, सिखाने रोड ने, सिखाने को पूरा रूट आ। हाँ जी, तो मैं गड्डी घरों नहीं लैके जा। नहीं, उन्होंने गड्डी छोटा माना तू मान लिया। अच्छा उस्ताद जी, तुसी ये दसो इत्थे तुसी होटल बनाना ना, या तुसी माड़ा मोटा कोई छोटा जा बुफे कैफे बनाना? प्रोग्राम ना 2-2.5 घंटे का हो जाना वा। मेरी गल सुन लो, कैफे बनाना तुसी भाजी अपना लियाओ, भांडे टींडे अपना पूरा इंस्ट्रूमेंट लियाओ, तैयारी करो, बंदे रखो, तुसी जनाब जिद्दां मर्जी भावे जिथे मर्जी जाके उन्हां नूं पगड़ी दिओ 2-4 लाख रुपया ते बहियो। मसस्सा बनाना, मसस्सा कहिंदे कंपनी नूं, शिरका उहनूं कहिंदे, उह शिरका बनाउणा। उस तों बाद भाजी उहदे लाज़मात चैक करन आना बल्दिया ने, बल्दिया ने वेखना जनाब इहनूं अप्रूवल देना इहदा एग्जास्ट सही आ, इहदियां लाइटां सही ने, इहदे च कलर किहड़ा लगा, इहदे च फर्श किहड़ा लगा, इहदे च सेंटरी दा काम सही होया जां नहीं होया, फिर जाके उहनां तुहानूं इन्ना अच्छा नहीं देखणा चाहीदा, उहनूं नहीं देखणा। उस तों बाद जा जा, तूं नहीं बोल रिहा, इहनां दा कोई दीन दिरम ही नहीं है इन्हां दा। कैसी बकवास कर रहा अपनी गल का, आप बोल रहा है ना, मेनू ए गुस्सा चढ़ रहा, मेनू जहर लग रहा है। जवाब दिता है ठीक है जी, ओ यार एहो जे बंदे नूं समझाउणा, हुण तुसीं इहनूं समझाओगे ना? आपां ही सवाल च आपां ही जवाब देई जा रहा, और वो जवाब अज दे मूंह जिहड़े लफ़्ज़ निकल रहे उही चीज चीज के कह रहे कि लाख लान करते ते नहीं मर के, इत्थे तुसीं जाओ जो मर्जी करो, जो मर्जी नहीं करो, इत्थे कानून पुछ नहीं रहा, बनिया वा है वा, तू नहीं वेच सकदा चीज। दो नंबर जिहड़े अदारे ने फूड अथॉरिटी ने, ओ अगर अगो जो बंदे रखे ने नहीं अपनी ड्यूटी सर अंजाम दे रहे, या वो तेरे को जाते ने तू नाश्ता लाया, कहते हाँ भाई तू कहना पाए जान, वो कह ओके ओके ठीक है। अच्छा उस्ताद जी, ते ओदा नहीं कानून इत्थे भी हैगा, ओदा ही कानून है, कानून हैगा। देखो भाए ना, उत्थे अमल हुंदा, हां जी अमल से मिलती है जिंदगी, ये कार सादिए महफिल जाना जेड़े होटल दे इत्थे की करदे ने, हाँ भाई दुकान वेली है मैनू दे दे, मैं नाश्ता ला लेना, लै ला की किराया 1400 तो खाली हुई है, लै ला तू भी नहीं दो, नहीं मैं 1200 देना, चल 1200 दे दी। वो सवेर में जाता रात में एक बंद कहता यार नाश्ते तो सवेरे ला लेने, वो किसी को 10,000 रुपया साली को धारा फटता अपनी को, ठीक है जी। घर दी नूं कहिंदा जाके तो भैन को जाती है तो 10,000 रुपया धारा लैके आ जाती है, लिया के सवेर में 2 पतीले लिया वा, प्याज कटदा वा, सोना परसों ही बगैर किसी को पुछियो दस्यो शटर चुकता वा, 2 बोर्ड लिखवा वा, पेंटर को जाके उन्हें कहना इत लिख दे यार फरीद साबरी सुबह का नाश्ता ऑफिशियल सिरी पाए जिहड़ा मर्जी आके खाए, सिरी पाए जो मर्जी आके खाए, ते बोर्ड लाउणा सवेर नूं आपे ही चढ़ के स्टील दे के लाउणा, ठीक है जी, आपे ही सारा कुछ थले आके आपे ही फटा लैणा, उतों झंग बाजारों लक्कड़ दा सोहना नाश्ता ला के 2 बैनर ला के इफ्तिताह किया जा रहा है ते शुरू, ते कोई पता नहीं विच मिर्चां किहड़ियां इस्तेमाल कीतियां भाए ने, या किसी ने लून किहड़ी क्वालिटी का पाया, चने किहड़ी क्वालिटी दे ने साफ भी कीते कि नहीं, किहड़े हत्थां दे नाल पक्के हत्थ भी धोते सी कि नहीं, जिन्हें पकाया उन्हों को बीमारी तो नहीं सी, उन्हों को कोरोना तो नहीं सी, उन्हों को डेंगू तो नहीं सी, उहदे कोई
ਕੋਈ ਐਸਾ ਉਹਦੇ ਜਿਸਮ 'ਚ ਕੋਈ ਮਸਲਾ ਤਾਂ ਨਹੀਂ ਸੀ ਕਿ ਜਿਹੜਾ ਪਕਾਉਂਦਿਆਂ ਹੱਥ ਲਾਉਂਦਿਆਂ ਅੱਗੋਂ ਜਿਹੜਾ ਖਾਈ ਜਾਵੇ ਆਹੋ ਖੰਘੀ ਜਾਓ ਤਾਂ ਲੰਘੀ ਜਾਓ। ਐਸੀ ਗੱਲ ਨਹੀਂ ਹੈਗੀ, ਪਾਕਿਸਤਾਨ 'ਚ ਬੜੇ ਹਲਾਲ ਰਿਜ਼ਕ ਕਮਾਉਣ ਵਾਲੇ ਲੋਕ ਨੇ, ਸਾਫ਼ ਸੁਥਰੇ ਲੋਕ ਨੇ, ਤੁਸੀਂ ਰੇਹੜੀਆਂ ਤੋਂ ਖਾ ਕੇ ਵੇਖੋ ਤੁਹਾਨੂੰ ਰੇਹੜੀਆਂ ਦਾ ਜਿਹੜਾ ਟੇਸਟ ਉਹ ਨਹੀਂ ਭੁੱਲਣਾ ਹੈਗਾ ਦੁਬਈ ਕੀ ਹੈ। ਨਹੀਂ ਨਹੀਂ ਮੈਂ ਤੁਹਾਨੂੰ ਦੱਸਦਾ ਯਾਰ, ਇੱਕ ਲੜਕੀ ਮੈਂ ਤੁਹਾਨੂੰ ਦੱਸਦਾ, ਤਹਾਫ਼ੁਜ਼ ਚੈੱਕ ਕਰੋ। ਔਰ ਮੈਂ ਇੱਕ ਗੱਲ ਇੱਥੇ ਤੁਹਾਨੂੰ ਦੱਸ ਦਿਆਂ ਸਰ, ਪਾਕਿਸਤਾਨ ਉਹ ਦੁਬਈ ਉਹ ਸਰਜ਼ਮੀਨ ਆ ਜਿੱਥੇ ਕੁਦਰਤੀ ਵਸਾਇਲ ਪਾਕਿਸਤਾਨ ਨਾਲੋਂ 90% ਘੱਟ ਨੇ। ਕੁਦਰਤੀ ਰਹਿਮਤਾਂ ਜਿਹਨੂੰ ਅਸੀਂ ਅੱਲਾ ਦੀਆਂ ਰਹਿਮਤਾਂ ਕਹਿੰਦੇ, ਰੱਬ ਦੀਆਂ ਜਿਹੜੀਆਂ ਸਾਡੇ ਇੱਥੇ ਨੇ ਇੰਡੀਆ 'ਚ ਨੇ, ਯਾਨੀ ਇਸ ਇੰਨੇ ਕੁ ਖਿੱਤੇ 'ਚ ਜਿਹੜੀਆਂ ਨੇ ਸਰ, ਉੱਥੇ ਉਹ ਹੈ ਹੀ ਨਹੀਂ। ਉੱਥੇ ਦੀ ਜ਼ਮੀਨ ਪੱਥਰੀਲੀ ਪੱਥਰ, ਉੱਥੇ ਪੌਦਾ ਨਹੀਂ ਉੱਗ ਸਕਦਾ, ਸਬਜ਼ੀ ਨਹੀਂ ਉੱਗ ਸਕਦੀ, ਹਵਾ ਦੇ ਵਿੱਚ ਉੱਥੇ ਉਹ ਨਹੀਂ ਹੈਗਾ ਚੱਕਰ ਜਿਹੜਾ ਇੱਥੇ ਹਵਾ ਫਰੈਸ਼ ਹੀ ਆ, ਇੱਥੇ ਗ੍ਰੀਨਰੀ ਉੱਥੇ ਨਹੀਂ ਹੈਗੀ, ਸਾਰੀ ਉਹ ਆਰਟੀਫਿਸ਼ਲ ਬਾਹਰ ਕਿਤੇ ਗਾਉਂਦੇ ਨੇ, ਉੱਥੋਂ ਫਿਰ ਲਿਆ ਕੇ ਮਿੱਟੀ ਪਾ ਕੇ ਦਿਓ ਅਤੇ ਭਰਿਆ ਪਿਆ ਦੋ ਬਈ ਗ੍ਰੀਨ। ਸਰ ਮੈਨੇਜਮੈਂਟ ਚੈੱਕ ਕਰੋ। ਅਗਰ ਮੈਂ ਸੋਚਿਆ ਸੀ ਯਾਰ ਪਾਕਿਸਤਾਨ ਦਾ ਨਾ, ਮੈਂ ਵਜ਼ੀਰ ਆਜ਼ਮ ਮੈਂ ਕਿੰਨਾ ਕੁਛ ਹੀ ਸੋਚਿਆ ਕਿ ਅਗਰ ਮੈਂ ਸਦਰ ਵਜ਼ੀਰ ਆਜ਼ਮ ਬਣ ਗਿਆ ਤਾਂ ਮੈਂ ਕੀ ਕਰੂੰਗਾ, ਅਤੇ ਮੈਂ ਸੋਚਿਆ ਕਿ ਸਿਰਫ ਇਸਲਾਮਾਬਾਦ ਨੂੰ ਨਾ ਮੈਂ ਟ੍ਰਾਇਲ ਸਿਰਫ ਇਸਲਾਮਾਬਾਦ 'ਤੇ ਅਪਲਾਈ ਕਰ ਦੇਣਾ, ਮੈਂ ਇਸਲਾਮਾਬਾਦ ਦੀ ਬਾਉਂਡਰੀ ਲਾ ਕੇ ਉਹਦੇ ਅੰਦਰ ਇਹ ਕਾਨੂੰਨ ਅਪਲਾਈ ਕਰ ਦੇਣਾ, ਕੋਈ ਵੀ ਕਰ ਦੇਵੇ, ਇਮਰਾਨ ਖਾਨ ਸਾਹਿਬ ਨੂੰ, ਨਵਾਜ਼ ਸ਼ਰੀਫ ਸਾਹਿਬ, ਕੋਈ ਕਰ ਦੇਣ ਕਿ ਜੀ ਇਸਲਾਮਾਬਾਦ ਨੂੰ ਨਾ, ਕਿਉਂਕਿ ਉਹ ਅੱਧਾ ਕਿਤੇ ਵੈਸੇ ਹੀ ਬਣਿਆ ਉੱਦਾਂ ਦਾ, ਠੀਕ ਆ ਜੀ, ਖੂਬਸੂਰਤ ਵੀ ਹਰ ਚੀਜ਼, ਔਰ ਉਹਦੇ 'ਤੇ ਟੂਰਿਸਟ ਵੀ ਜਾਂਦੇ ਨੇ, ਉਹਨੂੰ ਤੁਸੀਂ ਉੱਥੇ ਦੀ ਗੌਰਮੈਂਟ ਯਾਨੀ ਉੱਥੇ ਦਾ ਜਿਹੜਾ ਪੁਲਿਸ, ਉੱਥੇ ਦਾ ਥਾਣਾ, ਉੱਥੇ ਦਾ ਉੱਥੇ ਇਹ ਕਾਨੂੰਨ ਕਰ ਦੇਣਾ, ਕਿਉਂਕਿ ਸਾਨੂੰ ਆਦਾ ਦੇਖਣਾ, ਇਹਨਾਂ ਨੂੰ ਆਦਤ ਨਹੀਂ ਕਿ ਇੱਥੇ ਇਕਦਮ ਅਸੀਂ ਕਰ ਦਈਏ, ਇਹਨਾਂ ਦੇ ਆਪਣੇ ਹੀ ਹਕੂਮਤ ਦੇ ਖਿਲਾਫ਼ ਖੜੇ ਹੋ ਜਾਣਾ ਕਿ ਇਹ ਕੀ ਗੱਲ ਹੈ, 20,000 rupees ਜੁਰਮਾਨਾ ਕਰਤਾ ਮੈਨੂੰ ਮੋਟਰਸਾਈਕਲ 'ਤੇ। ਸਹੀ ਗੱਲ, ਲੇਕਿਨ ਮੈਂ ਇਸਲਾਮਾਬਾਦ ਨੂੰ ਕਰ ਦਿਓ, ਇਸਲਾਮਾਬਾਦ ਦੇ ਅੰਦਰ ਹਰ ਚੀਜ਼ ਨੂੰ ਅਪਲਾਈ ਕਰ ਦਿਓ, ਉੱਥੇ ਦੀਆਂ ਸੜਕਾਂ, ਔਰ ਉੱਥੇ ਦੇ ਇੰਟਰ ਇਸਲਾਮਾਬਾਦ ਜਦੋਂ ਇੰਟਰ ਹੋਣਾ ਅਤੇ ਉੱਥੇ ਲਿਖਿਆ ਹੋਵੇ ਕਿ ਬਈ ਇਸ ਸ਼ਹਿਰ ਦੇ ਵਿੱਚ ਇਹ ਸ਼ਹਿਰ ਆ, ਇਸ ਸ਼ਹਿਰ ਦੇ ਵਿੱਚ ਇਹ ਚੀਜ਼ਾਂ ਸਟੱਡੀ ਕਰ ਲਓ, ਫਿਰ ਇਹਦੇ ਅੰਦਰ ਜਾਣਾ, ਨਹੀਂ ਤਾਂ ਇੱਥੋਂ ਅੱਗੋਂ ਯੂਟਰਨ ਲੈ ਲਓ। ਇੱਕ ਸ਼ਹਿਰ ਬਣਾ ਦਿਓ ਇਸਲਾਮਾਬਾਦ, ਬੜਾ ਅੱਛਾ ਆਈਡੀਆ, ਇਸਲਾਮਾਬਾਦ ਨੂੰ ਬਣਾ ਦਿਓ। ਅਗਰ ਤੁਸੀਂ ਦੇਖੋਗੇ ਇਸਲਾਮਾਬਾਦ 'ਚ ਲੋਕ ਕਰ ਰਹੇ ਨੇ, ਐਕਸੈਪਟ ਕਰ ਰਹੇ ਨੇ ਉਹਨਾਂ ਚੀਜ਼ਾਂ ਨੂੰ ਔਰ ਜਾ ਰਹੇ ਨੇ, ਫਿਰ ਬਾਕੀ ਤੁਸੀਂ ਦੂਜਿਆਂ ਸ਼ਹਿਰਾਂ 'ਚ ਅਪਲਾਈ ਕਰ ਦਿਓ, ਉਹ ਅੱਧੇ ਨਾਲ ਬਹੁਤਾ ਬਣਿਆ ਹੀ ਆ, ਉਹਨੂੰ ਉਹਦੇ 'ਤੇ ਅਪਲਾਈ ਕਰ ਦਿਓ, ਉੱਥੇ ਕਾਨੂੰਨ ਦੀ ਬਾਲਾ ਦਸਤੀ ਉੱਥੇ ਥਾਣ 'ਤੇ ਸਾਰਾ। ਲੇਕਿਨ ਗੱਲ ਇਹ ਹੈ ਕਿ ਲੋਕ ਕਹਿਣਗੇ ਲਓ ਜੀ ਉਹੀ ਮੁਲਕ ਆ, ਉੱਥੇ ਕਾਨੂੰਨ ਦੀ ਬਾਲਾ ਦਸਤੀ ਹੈਗੀ ਆ, ਅਤੇ ਇਸਲਾਮਾਬਾਦ ਤੋਂ ਬਾਹਰ ਆਉਂਦੇ ਹੈ ਨਹੀਂ, ਇਹ ਕਿਹੜਾ ਮੁਲਕ ਆ, ਇਹ ਵੀ ਰੌਲਾ ਵਾ ਫਿਰ। ਲੇਕਿਨ ਕੁਛ ਹੋਣਾ ਚਾਹੀਦਾ, ਪੁਆਇੰਟ ਤੁਹਾਡੇ ਇੱਥੇ ਮੌਸਮ 4-5 ਤੁਹਾਡੇ ਮੌਸਮ ਤੁਹਾਡੇ ਉਗਈ ਹੈ, ਤਾਂ ਇੱਥੇ ਹਰ ਕਿਸਮ ਦੀ ਉੱਗਣੀ ਚੀਜ਼ ਹਰ ਕਿਸਮ ਦੀ, ਠੀਕ ਆ। ਝੁਲਗੂ ਤਾਂ ਇੱਥੇ ਉੱਗਦਾ 7-8,000 rupees ਕਿਲੋ ਵਾਲਾ, ਕੋਈ ਹਿਸਾਬ ਲਾਓ, ਅੰਬ ਇੱਥੇ ਦਾ ਪੂਰੀ ਦੁਨੀਆਂ 'ਚ ਮਸ਼ਹੂਰ ਆ ਬਈ, ਪਾਕਿਸਤਾਨੀ ਅੰਬ ਇੰਜ ਵਿਕਦਾ ਜਿਵੇਂ ਫੀਮ ਚਰਸ ਵਿਕਦੀ ਦੂਜੇ ਮੁਲਕ, ਠੀਕ ਆ ਜੀ। ਅਤੇ ਲਿਆਦਾ ਗੱਲ ਇਹ ਹੈ ਫਰੀਦ ਸਾਹਿਬ ਕਿ ਉਹਨਾਂ ਦੀ ਮਜਬੂਰੀ, ਉਹਨਾਂ ਨੂੰ ਕਰਨਾ ਪੈਂਦਾ, ਭਾਈਜਾਨ ਕੁੜੀ ਇੱਥੇ ਕੋਈ ਤਸੱਵਰ ਕਰ ਸਕਦਾ, ਉਹ ਸਾਡੀ ਧੀ ਭੈਣ ਕੋ ਰਾਤ ਨੂੰ 12 ਵਜੇ 1 ਵਜੇ ਬੁਰਖਾ ਪਾ ਕੇ ਵੀ ਦਿਨੇ ਨਹੀਂ ਨਿਕਲ ਸਕਦੀ, ਤਫਜ਼ ਨਹੀਂ ਹੈਗਾ। ਅਗਰ ਉਹ ਘਰ ਆ ਗਈ ਹੈ ਸਹੀ ਸਲਾਮਤ ਅਤੇ ਖੁਸ਼ਕਿਸਮਤ ਬੰਦੇ, ਉਹ ਫੀਮੇਲ ਨੂੰ ਤਾਂ ਛੱਡੋ, ਤੁਸੀਂ ਘਰੋਂ ਨਿਕਲੇ ਰਾਤ ਨੂੰ ਘਰ ਚਲੇ ਜਾਂਦੇ ਹੋ ਨਾ, ਅਤੇ ਸ਼ੁਕਰ ਕਰੋ ਤੁਹਾਨੂੰ ਕੋਈ ਡਕੇਤ, ਕੋਈ ਡਾਕੂ, ਕੋਈ ਇੱਧਰੋਂ ਗੱਡੀ ਦੀ ਨੁੱਕਰ ਮਾਰ ਕੇ, ਕੋਈ ਇਹ ਉਹ ਐਸਾ ਨਿਜ਼ਾਮ ਨਹੀਂ ਹੁੰਦਾ ਸਰ। ਸਾਡੀਆਂ ਤਾਂ ਜ਼ਿੰਦਗੀ ਰਿਸਕ 'ਤੇ ਚੱਲ ਰਹੇ ਅਸੀਂ ਬਹੁਤ ਜ਼ਿਆਦਾ, ਠੀਕ ਆ ਜੀ। ਦੇਖੋ ਇੱਕ ਮਿੰਟ, ਅਤੇ ਉੱਥੇ ਕੁੜੀ ਮੈਂ ਆਪਣੀਆਂ ਅੱਖਾਂ ਨਾਲ ਵੇਖਿਆ, ਇਹ ਦਰਮਿਆਨ 'ਚ ਰੋਡ ਆ ਡਬਲ, ਇੱਧਰ ਫੁੱਟਪਾਥ 'ਤੇ ਅਸੀਂ ਬੈਠੇ 3-4 ਜਣੇ ਚਾਏ ਪੀ ਰਹੇ, ਇੱਧਰ ਇੱਕ ਲੜਕੀ ਖੜ੍ਹੀ ਹੈ, ਅਤੇ ਹੁਣ ਅਸੀਂ ਦੇ ਮਤਲਬ ਦੇਖ ਰਹੇ ਨਾ ਸਾਰਾ ਹਿਸਾਬ ਤਾਂ, ਅਤੇ ਨਜ਼ਰ ਆ ਰਹੀ ਕਿ ਕੁੜੀ ਖੜ੍ਹੀ, ਉੱਧਰ ਬੱਸ ਸਟੈਂਡ ਸੀ, 3-4-5 ਮਿੰਟ ਲੰਘੇ ਅਤੇ ਉੱਥੇ ਗੱਡੀ ਗੱਡੀ ਰੁਕੀ ਹੈ, 3 ਜਣੇ ਉਤਰੇ, ਉਹਨਾਂ ਨੇ ਕੁੜੀ ਦੇ ਕੋਲੋਂ ਇੱਕ ਮੁੰਡਾ ਫੜਿਆ ਵਾ, ਅਤੇ ਉਹਨਾਂ ਨੇ ਗੱਡੀ 'ਚ ਸਿੱਟਿਆ ਅਤੇ ਲੈ ਗਏ ਨੇ। ਉਹ ਕਿਉਂ ਸੁਣ ਲੈਣਾ ਹੁਣ, ਮੈਂ ਉਹਨਾਂ ਨੂੰ ਕਹਿ ਰਿਹਾ ਯਾਰ ਇਹ ਕੀ ਚੱਕਰ ਆ, ਉਹ ਕਹਿੰਦੇ ਭੈਣ ਕੋਈ ਨਹੀਂ ਕੋਈ ਹੋਈ, ਮੈਂ ਕਿਹਾ ਹੁਣ ਮੈਨੂੰ ਨਾ ਉੱਚਨਵਾਈ ਜੀ ਲੱਗ ਗਈ ਕਿ ਪਤਾ ਤਾਂ ਕਰਾਂ, ਉਹ ਭੈਣ ਥੋੜ੍ਹਾ ਜਿਹਾ ਅੱਗੇ ਜਾ ਕੇ ਨਾ ਉੱਪਰੋਂ ਇੰਜ ਕਰਕੇ ਜ਼ੈਬਰਾ ਕਰਾਸਿੰਗ ਸੀ ਉੱਧਰ ਗਏ, ਅਤੇ ਉੱਥੇ ਪਿੱਛੇ ਨਾ ਇੱਕ ਦੁਕਾਨ ਨਾਈ ਦੀ ਪਤਾ ਨਹੀਂ ਕਿਹਦੀ ਦੁਕਾਨ ਸੀ, ਉਹਨੂੰ ਪੁੱਛਿਆ ਜਿਹੜਾ ਦੇਖ ਰਿਹਾ ਸੀ ਕਿ ਯਾਰ ਕੀ ਹੋਇਆ, ਅਤੇ ਉਹ ਕਹਿੰਦਾ ਜੀ ਕਿ ਮਤਲਬ ਇੱਥੇ ਨਾ ਕੁੜੀ ਖੜ੍ਹੀ ਸੀ, ਅਤੇ ਇਹ ਮੁੰਡਾ ਉਹ ਇੱਥੇ ਬੈਠਾ ਸੀ, ਮਤਲਬ ਇਹਦੇ ਤੋਂ ਕੋਈ 20 ਫੁੱਟ ਦੂਰ ਸੀ, ਉਹ ਕਿਤੇ ਕੁੜੀ ਪਹਿਲੇ ਸਤੀ ਸੀ ਜਾਂ ਕੋਈ ਉਹਨੂੰ ਟੈਨਸ਼ਨ ਸੀ, ਉਹਨੇ ਕਿਤੇ ਇੱਕ ਵਾਰੀ ਮੁੰਡੇ ਵੱਲ ਵੇਖਿਆ ਤਾਂ ਮੁੰਡਾ ਉਹਦੇ ਨਾਲ ਟਿਕ ਟਿਕੀ ਲਾਈ ਹੈ, ਉਹਨੇ ਇਗਨੋਰ ਕਰਤਾ, ਉਹਨੇ ਦੂਜੀ ਵਾਰੀ ਵੇਖਿਆ ਤਾਂ ਫਿਰ ਮੁੰਡੇ ਨੇ ਟਿਕ ਟਿਕੀ ਲਾਈ, ਅਤੇ ਉਹਨੇ 3-4 ਵਾਰੀ ਵੇਖਿਆ ਤਾਂ ਉਹਨੇ ਦੇਖਿਆ ਕਿ ਹਾਲੇ ਉੱਥੇ ਟਿਕ ਟਿਕੀ, ਉਹਨੇ ਭਾਈ ਕਾਲ ਕਰਤੀ, ਉਹਨੇ ਕਿਹਾ ਜੀ ਮੈਨੂੰ
हरासमेंट कर रहे हैं, हरासा कर रहे हैं, मैं प्रॉब्लम दे रहा, मैंने गल देखी जा रहा, इन की तकलीफ है। उन्होंने चुकया भाई धौन तो फड़िया बेच गड्डी दे, हाथ नहीं लाया उन्हें, आके गल नहीं की, उन्हें नहीं कहा एक्सक्यूज मी, उन्हें सिर्फ उन्हें वेख्या है बस, तो अगले फड़ के लै गए ने। यह तफ्फा का पाए ना, मतलब तुम यकीन करो, ते बहुत लोग उत्थे रह रहे हैं, बहुत लोग गए ने, बहुत लोगों ने वीडियो भी देखा होगा कि सर फीमेल 3 बजे 2:30 बजे दिल करे अद्धे कपड़े पाए ने, या बुरखा पाया या जो भी है, जरूरत नहीं गई किसी से। अगर किसी ने जरूरत कर ली तो यह नहीं हो सकता कि वह बंदे नूं दी सज़ा ना मिले, या वह थाने जाए तो रुपया 2000 दे के बाहर आ जाए, या उत्थे जा के जी मैं फलां नाजम का पुत्र नौ सके उत्थे दे सके बादशाह जिहड़ा ना दुबई दे सका बादशाह जी, मैं फोन सका बादशाह यार दुबई दा सका बादशाह असल असल उन्हां दा नाम नहीं, मैंने उन्होंने दस्सिया सी जिहड़ा पिछे जे शो नहीं अपलोड है जी, जो अरबी मेरे नाल ने की नाम सी उन्हां दा शेख फरीद, नहीं नहीं वह सी, तो वो उन्होंने मैं दसिया कि इतने के ना साढ़े जोड़े मेन बादशाह से ना उन्होंने बेटे को मर्डर हो गया, तो भाई उन्होंने सदाए मौत हुई फांसी हुई, वो जरा वो किनू कहें जोड़ा वो फैसला सुना काजी ठीक है ना, वो काजी साहब ने उन्होंने उन्होंने कहा ना दूजी पार्टी ने नहीं उन्होंने माफ़ी दी, उन्होंने कहा नहीं जी असी वो खिला की लैना वा खलासा कतल के बदले कतल जरा कहें सलासा सलास कुछ कसास काफी जारी बात क्या होगा, लेकिन नहीं मने तो वह जो बादशाह कहा कि अगर मतलब काजी का फैसला मैं कौन बच कर सकता ए कानून जी, इतने पाकिस्तान ची शर्मा हया है वा तिया भैन के सिरा से प्यार देने वाले बथेरे ने, रात न दिन सवेरे कोई कुड़ी नूं छेड़दा ना इत्थे किन्ने जने चपेड़ा पाउण वाले हुंदे, इन्हें कदी किसे नूं कुत्ते नूं रोड़ा नहीं मारिया वी कहिण खड़ो तेरी ते ओह वी कुट्टण डे हुंदे ने। उत्थे हुण मैनूं इक फिलिपीनी वेखण डई सी, मैं फोन कीता ओह तेरे हल्किआं नूं वेख रही सी ओह कहिंदी तेन पता वा कानून पढ़िया मैं दसिया उस्ताद जी ने काफी गाइड किया मैं फिलिपीनी फ्री देखो होर विखी जाए मैं फिर फोन किया नहीं मिले तेरे तो पहले कुड़ी ने कर अमरीका जाना है यार तेन मैं मजेदार एक सजा सुनावा मैं पता नहीं सही है कि नहीं एक बंद ने दसी तुम दसना कि सही है कि नहीं ऐसी इतने दीवार के नाल खड़े हो के मतलब हरकत कर दे दी है ठीक है तो दिस दीवार ना खलो के उह के उत्थे मैं सुनया कि भैन उत्थे एदी सजा पता की अगर तुम फड़े जाओ ये हरकत कर दे ठीक है ना वह 7 दिरहम सिर्फ जुर्माना कर दे 7 दिरहम कोई एड्डी गल नहीं सिर्फ 7 दिरहम ठीक है जी 7 दिरहम बनते 2.5-3 रुपये का दिरहम 62-63 रुपये का 4.5-450 रुपया बंदा कहता चलो कोई गल नहीं यार ये बड़ी अपने लोग उस सवेर बैंक जाता जुर्माना तार साढ़े पाकिस्तान के किन्ने सूबे ने 5 4 हो गए 7 कर ला कि 7 हो हुण उत्थे 7 स्टेटां ने UAE दीआं ते उहने जुर्माना किन्ना कीता 7 दिरहम उस वेले गया अपने लागे बैंक च उहने कहा जी मैं राती यवन कटीटा कीता सी ते एक बहुत शोखा जिहा तुहाडा पुलिस वाला आया सी 7 दिरहम जुर्माना करता ऐ चुको 7 दिरहम उहने 1 दिरहम लै के 6 दिरहम उहनूं वापस करते 1 दिरहम उहने जमा कर लिया उन्हें कहा जी ये की उन्हें कहा बाकी 6 स्टेटा च 1-1 दिरहम जमा करा जा दिहाड़ी नहीं हफ्ता सारे स्टेटा च जाके जिदा 5 रुपये तेन उ जुर्माना को बंदा कर दे 5 रुपये ठीपा 50 का तू यार पागल ने
ਤੇ ਤੂੰ ਜਾਵੇਂ ਤੇ ਉਹ ਬੈਂਕ ਵਾਲਾ ਰੁਪਈਆ ਲੈ ਕੇ ਚਾਰ ਰੁਪਏ ਤੈਨੂੰ ਵਾਪਸ ਦੇ ਕਵੇ, ਇੱਕ ਸੂਬਾ ਸਰਹੱਦ 'ਚ ਕਰਾ ਕੇ ਆ, ਇੱਕ ਸੂਬਾ ਬਲੋਚਿਸਤਾਨ 'ਚ ਕਰਾ ਕੇ ਆ, ਇੱਕ ਖੈਬਰ ਪਖਤੂਨ 'ਚ ਕਰਾ ਕੇ ਆ, ਇੱਕ ਸਿੰਧ 'ਚ ਕਰਾ ਕੇ ਆ, ਗਿਲਗਤ ਬਲਤਿਸਤਾਨ, ਹਾਂ ਕਰਾ ਕੇ ਆ, ਆਪਣਾ ਬਹੁਤ ਖਿਆਲ ਰੱਖਣਾ। ਦੁਆ ਇਹ ਹੈ ਕਿ ਇਹ ਤਾਂ ਸ਼ੁਗਲ ਮੇਲਾ ਇੱਕ ਮਜ਼ਾਕ ਜਿਹੜਾ ਵੀ ਹੈ ਨਾ, ਦੁਆ ਇਹ ਹੈ ਕਿ ਸਾਡਾ ਪਾਕਿਸਤਾਨ ਏਦਾਂ ਦਾ ਹੋਵੇ ਇਨਸ਼ਾਅੱਲਾ ਤਾਲਾ, ਉਹਦੇ ਨਾਲੋਂ ਵੀ 10 ਗੁਣਾ ਜ਼ਿਆਦਾ ਅੱਛਾ ਹੋਵੇ, ਹੋਣਾ ਚਾਹੀਦਾ, ਕਿਉਂਕਿ ਇੱਥੇ ਕੁਦਰਤੀ ਵਸਾਇਲ, ਇੱਥੇ ਬਹੁਤ ਪਿਆਰ ਆ, ਮੁਹੱਬਤ ਆ, ਅਗਰ ਅਸੀਂ ਥੋੜ੍ਹੇ ਮਿਲ ਕੇ ਸਾਡੇ ਹੁਕਮਰਾਨ ਸਾਰੇ ਜਿੰਨੇ ਵੀ ਮਤਲਬ ਇਦਾਰੇ ਨੇ ਸਾਰੇ ਅਗਰ ਇਹ ਚਾਹੁਣ ਦੇ ਅਪਲਾਈ, ਲੇਕਿਨ ਹੌਲੀ ਹੌਲੀ, ਕਿਉਂਕਿ ਇਹ ਨਸਲਾਂ ਆਉਣੀ ਇਹਨਾਂ ਦੇ, ਇੱਕਦਮ ਤੁਸੀਂ ਰੱਖ ਦਿਓ ਇਹ ਇਹਨਾਂ ਦੇ ਇਹਤਜਾਜ ਸ਼ੁਰੂ ਕਰ ਦੇਣਾ ਕਿ ਸਾਡਾ 20,000 ਚਲਾਨ ਕਰਤਾ ਮੋਟਰਸਾਈਕਲ ਦੇ ਇਸ਼ਾਰਾ ਤੋੜਨ 'ਤੇ, ਠੀਕ ਹੈ ਨਾ, ਅਤੇ ਉਹਦੀ 8700 ਦੀ ਮੋਟਰਸਾਈਕਲ ਸਾਰੀ ਅਤੇ ਉਹ ਹਿਸਾਬ ਉੱਥੇ ਹੀ ਆ ਜਾਣਾ। ਹੁਣ ਦੇਖੋ ਉਹੀ ਗੱਲ ਆ ਗਈ, ਇਹਦਾ 20,000 ਦਾ ਚਲਾਨ ਹੋ ਜਾਏ, 10,000 ਦੀ ਮੋਟਰਸਾਈਕਲ ਵਿੱਚ ਨਹੀਂ, 10,000 ਕੋਲੋਂ ਪਾ ਕੇ ਚਲਾਨ ਦੇਣਾ, ਸੇਮ ਦੁਬਈ ਵਾਲਾ ਹਿਸਾਬ ਹੋ ਗਿਆ। ਤੁਹਾਡੇ 'ਚੋਂ ਬਹੁਤ ਸਾਰੇ ਇੰਡੀਅਨ ਦੋਸਤ ਨੇ, ਬਹੁਤ ਸਾਰੇ ਸਿੱਖ ਸਾਡੇ ਵੀਰ ਨੇ, ਹਿੰਦੂ ਨੇ, ਕ੍ਰਿਸਚਨ ਨੇ, ਕੋਈ ਕਿਤੇ ਬੈਠਾ, ਕੋਈ ਕਿਤੇ ਬੈਠਾ, ਸਾਡਾ ਜਿੰਨਾ ਮਰਜ਼ੀ ਪਿਆਰ ਹੋਵੇ ਆਪਸ 'ਚ, ਜਿੰਨੇ ਮਰਜ਼ੀ ਅਸੀਂ ਇੱਕ ਦੂਜੇ ਦਾ ਅਹਿਸਾਸ ਕਰੀਏ, ਜਿੰਨਾ ਮਰਜ਼ੀ, ਲੇਕਿਨ ਜਦੋਂ ਅਗਰ ਕਿਤੇ ਦੇਸ਼ ਮੁਲਕੀ ਲੈਵਲ 'ਤੇ ਗੱਲ ਆਵੇ ਤੇ ਅਸੀਂ ਆਪਣੇ ਮੁਲਕ ਦਾ ਸਾਥ ਦੇਵਾਂਗੇ, ਤੁਸੀਂ ਆਪਣੇ ਮੁਲਕ ਦਾ ਸਾਥ ਦੇਣਾ, ਬਿਲਕੁਲ ਇਸ ਤਰ੍ਹਾਂ, ਜਿਹੜੀ 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 ਸੱਚੀ ਮੁੱਚੀ ਵਾਲੀ ਗੱਲ, ਫਿਤਰੀ ਗੱਲ, ਫਿਤਰੀ ਗੱਲ ਹੈ ਕਿ ਅਸੀਂ ਜਦੋਂ ਉਹ ਅਗਰ ਖੁਦਾ ਨਾ ਖਾਸਾ ਟਾਈਮ ਆ ਗਿਆ ਐਸਾ ਕਦੀ ਕਿ ਜਿੱਥੇ ਉੱਥੇ ਫਿਰ ਅਸੀਂ ਭਾਈ ਪਾਕਿਸਤਾਨੀ, ਤੇ ਤੁਸੀਂ ਭਾਈ ਫਿਰ ਤੁਹਾਡਾ ਇੰਡੀਆ, ਉਹ ਤੁਹਾਡਾ ਵੀ ਹੱਕ ਬਣਦਾ, ਸਾਡਾ ਇਹ ਹੱਕ ਬਣਦਾ, ਤੁਹਾਡਾ ਇਹ ਹੱਕ ਬਣਦਾ, ਠੀਕ ਹੈ ਨਾ, ਲੇਕਿਨ ਉੱਦਾਂ ਪਿਆਰ ਮੁਹੱਬਤ ਸਾਰਾ ਕੁਛ, ਗੱਲਬਾਤ, ਬਿਜ਼ਨਸ ਹੋ ਰਹੇ ਨੇ, ਸਾਰੇ ਬਿਜ਼ਨਸ ਕਰ ਰਹੇ ਨੇ ਇੱਕ ਦੂਸਰੇ, ਜਿਵੇਂ ਇੱਥੇ ਪਾਕਿਸਤਾਨ ਦੇ ਵਿੱਚ ਆਪਣਾ ਬਹੁਤ ਖਿਆਲ ਰੱਖਣਾ ਨਾਜ਼ਰੀਨ, ਅਗਲੇ ਪ੍ਰੋਗਰਾਮ ਤੁਹਾਡਾ ਫਿਰ ਮੁਲਾਕਾਤ ਹੋਣਾ ਚਾਹੀਦਾ ਵਾ, ਤੇ ਵੇਖੋ ਰਿਸ਼ਵਤ ਜਿਹੜੀ ਹੈ ਨਾ ਉਹ ਨਹੀਂ ਲੈਣੀ ਚਾਹੀਦੀ।